ਇੱਥੇ ਜਦੋਂ ਇੰਜਨ ਦੀ ਡਾਇਰੈਕਸ਼ਨ ਚੇਂਜ ਕਰਨੀ ਹੁੰਦੀ ਸੀ। ਸਾਵੇ ਜਮੋਏ ਮਾਇਆ ਬਿਸ਼ਾਰਤ ਗਮ ਸਾਨੂੰ ਤੇਰਾ ਲੋੜੀ ਜਿਹੜੀ ਹੁਣ ਤੱਕ ਵੀ ਇੰਜ ਖੜੀ ਫਰੈਸ਼ ਇੱਥੋਂ ਕਰਦੇ ਸੀ ਜੀ ਲਾਈਨ ਚੇਂਜ। ਅਸਲਾਮ ਵਾਲੇਕੁਮ ਗਾਈਜ਼, ਵੈਲਕਮ ਬੈਕ ਨਵੇਂ ਤੇ ਬਿਹਤਰੀਨ ਵਲੌਗ ਦੇ ਨਾਲ ਹੋ ਗਿਆ ਜੀ ਹਾਜ਼ਰ। ਜਿਸ ਤਰ੍ਹਾਂ ਕਿ ਦੋਸਤਾਂ ਨੂੰ ਪਤਾ ਹੈ ਇਹ ਦੋ ਭਾਈ ਜਿਹੜੇ ਨੇ ਨੰਬਰਦਾਰ ਲਿਆਕਤ ਸਾਹਿਬ ਤੇ ਸ਼ਬਾਸ ਸਾਹਿਬ, ਇਹਨਾਂ ਨੂੰ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ। ਤੁਹਾਨੂੰ ਪਤਾ ਜ਼ਿਲ੍ਹਾ ਬਹਾਵਲ ਨਗਰ ਦੀ ਨਗਰ ਦੀ ਧਰਤੀ ਦੇ ਦੋਵੇਂ ਸ਼ੇਰ ਨੇ ਜੀ, ਸ਼ਾਨ ਨੇ ਜੀ ਸ਼ਾਨ। ਮਾਸ਼ਾਅੱਲਾ ਜੀ, ਗਰਮੀ ਬੜੀ ਤੇ ਭਾਈ ਜ਼ਹਿਰੁਮਾਨ ਨੇ ਤੇ ਟੈਂਟ ਕਰਾ ਲਈ, ਹਵਾ ਲੱਗਦੀ। ਤੇ ਅੱਜ ਅਸੀਂ ਜਿਸ ਜਗ੍ਹਾ ਤੇ ਹਾਜ਼ਰ ਹੋਏ ਹਾਂ ਜੀ, ਪਿੱਛੇ ਵੇਖ ਰਹੇ ਹੋਵੋਗੇ ਇੱਕ ਉਜੜਿਆ ਹੋਇਆ ਵਰਾਨ ਸਟੇਸ਼ਨ, ਰੇਲਵੇ ਸਟੇਸ਼ਨ ਪਿਆ ਹੋਇਆ ਨਜ਼ਰ ਆ ਰਿਹਾ ਹੋਣਾ ਕੈਮਰੇ ਦੇ ਵਿੱਚ। ਇਹ ਉਹ ਸਟੇਸ਼ਨ ਹੈ ਜੀ ਜਿੱਥੇ ਅੱਜ ਤੋਂ ਕੋਈ 20 ਤੋਂ 25 ਜਾਂ 30 ਸਾਲ ਪਿੱਛੇ ਬੜੀਆਂ ਬਹਾਰਾਂ ਹੁੰਦੀਆਂ ਸੀ, ਬੜੀਆਂ ਟ੍ਰੇਨਾਂ ਇੰਡੀਆ ਤੋਂ ਲੋਕਾਂ ਨੇ ਇੱਥੇ ਆਉਣਾ, ਇੱਥੋਂ ਪਾਕਿਸਤਾਨ ਤੋਂ ਇੰਡੀਆ ਜਾਣਾ ਲੋਕਾਂ ਨੇ। ਤੇ ਇਹ 1896 ਦੇ ਵਿੱਚ ਸਟੇਸ਼ਨ ਬਣਿਆ ਸੀ ਇੱਥੇ। ਜਿਹੜੇ ਵੀ ਇਹਦੇ ਹਕੀਕ ਨੇ ਤਫਸੀਲ ਉਹ ਤੁਹਾਨੂੰ ਅਸੀਂ ਨਾਲ ਨਾਲ ਸਾਰੀ ਦਿਖਾਉਂਦੇ ਜਾਵਾਂਗੇ। ਬੜਾ VIP ਤੇ ਬਹੁਤ ਲੰਮਾ ਚੌੜਾ ਵੱਡਾ ਸਟੇਸ਼ਨ ਹੈ। ਕਾਰੀ ਸਾਹਿਬ ਇੱਕ ਸ਼ੇਰ ਸੁਣਾਉਣਗੇ ਆਪਾਂ ਨੂੰ ਇਹਦੇ ਮਤਲਬ, ਸੁਣਾਓ ਜੀ। ਉਜੜ ਗਏ ਵੋ ਬਾਗ ਜਿਨ ਕੇ ਹਜ਼ਾਰੋਂ ਮਾਲੀ ਥੇ, ਜਬ ਸਿਕੰਦਰ ਦੁਨੀਆ ਸੇ ਗਿਆ ਤੇ ਦੋਨੋਂ ਹੱਥ ਖਾਲੀ ਥੇ। ਸਾਵੇ ਜਮੋਏ ਮਾਇਆ ਬਿਸ਼ਾਰਤ ਗਮ ਸਾਨੂੰ ਤੇਰਾ ਲੋਕਿਆ ਕਰਨ ਸਹੀ ਮਾਇਆ। ਜਾ ਰਾਜੀਆਂ ਚਸ ਕਰਾ ਦਿੱਤੀ ਜੀ। ਆਓ ਹੁਣ ਤੁਹਾਨੂੰ ਦਿਖਾਣੇ ਆ ਇੱਥੇ ਸਾਰਾ ਤੁਰ ਫਿਰ ਕੇ ਪੂਰਾ ਜਿਹੜਾ ਸਟੇਸ਼ਨ, ਤੇ ਨਾਲੇ ਜਿੱਥੋਂ ਟ੍ਰੇਨ ਦਾ ਟਰੈਕ ਚੇਂਜ ਹੁੰਦਾ ਸੀ ਉਹ ਵੀ ਤੁਹਾਨੂੰ ਅੱਜ ਦਿਖਾਣੇ ਆ। ਇਹ ਉਹ ਸਟੇਸ਼ਨ ਹੈ ਮੰਡੀ ਸਤਗੰਜ, ਇਸ ਸਟੇਸ਼ਨ ਨੂੰ ਕਹਿੰਦੇ ਨੇ ਜੀ। ਅੱਜ ਵੇਖ ਲਓ ਕਿ ਕਿਸ ਤਰ੍ਹਾਂ ਇਹ ਪਿਆ ਹੋਇਆ ਵਰਾਨ ਉਜੜਿਆ, ਟਰੈਕ ਚੈੱਕ ਕਰ ਸਕਦੇ ਹੋ ਕਿੰਨੇ ਜ਼ਿਆਦਾ ਨੇ। ਲੇਕਿਨ ਹੁਣ ਇੱਥੇ ਕੁਛ ਨਹੀਂ ਪਿਆ, ਹਰ ਚੀਜ਼ ਉਜੜ ਗਈ, ਕੋਈ ਟ੍ਰੇਨ ਨਹੀਂ ਆਉਂਦੀ, ਕੋਈ ਕੁਛ ਨਹੀਂ ਹੁੰਦਾ। ਇੰਡੀਆ ਤੋਂ ਦਿੱਲੀ, ਜੈਪੁਰ, ਢਾਕਾ ਇੱਥੋਂ ਟ੍ਰੇਨ ਜਿਹੜੀ ਹੈ ਉਹ ਜਾਂਦੀ ਹੁੰਦੀ ਸੀ, ਅੰਗਰੇਜ਼ ਨੇ ਬਣਾਇਆ। 2012 ਦੇ ਵਿੱਚ ਇੱਥੇ ਲਾਸਟ ਟ੍ਰੇਨ ਜਿਹੜੀ ਹੈ ਉਹ ਆਈ ਸੀ, ਉਸ ਤੋਂ ਬਾਅਦ ਇੱਥੇ ਟ੍ਰੇਨ ਨਹੀਂ ਆਈ। ਇਹ ਜੀ ਜਗ੍ਹਾ ਜਿੱਥੇ ਟ੍ਰੇਨ ਇੱਥੇ ਆ ਕੇ ਨਾਲ ਲੱਗਦੀ ਸੀ, ਇੰਡੀਆ ਤੋਂ ਸਮਾਨ ਜਿਹੜਾ ਆਉਂਦਾ ਸੀ ਉਹ ਇੱਥੇ ਉਤਾਰ ਕੇ ਪਿੱਛੇ ਗੋਦਾਮ ਬਣੇ ਹੋਏ ਨੇ ਉਹ ਤੋਂ ਨਜ਼ਰ ਆ ਰਹੇ ਹੋਣੇ ਨੇ, ਇੱਥੇ ਰੱਖ ਦਿੰਦੇ ਸੀ। ਬਾਕੀ ਜਿੱਥੋਂ ਇੰਜਨ ਚੇਂਜ ਕਰਦੇ ਸੀ ਉਹਦਾ ਵੀ ਤੁਹਾਨੂੰ ਨਜ਼ਾਰਾ ਵਿਖਾਉਂਦੇ ਹਾਂ। ਇੱਥੇ ਤਾਂ ਬਾਕੀ ਜੋ ਗੋਦਾਮ ਮਾਲ ਆਉਂਦਾ ਸੀ ਉਹ ਉਤਰਦਾ ਸੀ, ਅੱਗੇ ਜਿਹੜਾ ਜਿੱਥੋਂ ਸਵਾਰੀਆਂ ਬਹਿੰਦੀਆਂ ਸੀ ਉਹ ਜਗ੍ਹਾ ਅੱਗੇ ਸਟੇਸ਼ਨ ਬਣਿਆ ਹੋਇਆ ਸਵਾਰੀਆਂ ਲਈ, ਉੱਥੇ ਜਾ ਕੇ ਉਹ ਵੀ ਦੋਸਤਾਂ ਨੂੰ ਦਿਖਾਵਾਂਗੇ। ਇੱਥੋਂ ਟ੍ਰੇਨ ਜਿਹੜੀ ਉਹ ਆਪਣੀਆਂ ਲਾਈਨ ਚੇਂਜ ਕਰਦੀ ਸੀ ਪਟੜੀ। ਚੜ੍ਹਦਾ ਪੰਜਾਬ ਇੱਧਰਲੀ ਸਾਈਡ 'ਤੇ, ਚੜ੍ਹਦੇ ਪੰਜਾਬ ਇੰਡੀਆ, ਇੱਥੋਂ ਬਾਰਡਰ ਜਿਹੜਾ ਤਕਰੀਬਨ ਇਹ ਜਿਹੜੀ ਸਾਈਡ 'ਤੇ ਕੈਮਰਾ ਲੱਗਿਆ ਇੱਥੋਂ 5 ਤੋਂ 6 ਕਿਲੋਮੀਟਰ ਦੇ ਨਾਲ ਨਾਲ ਇਸ ਤਰ੍ਹਾਂ ਬਾਰਡਰ ਜਿਹੜਾ ਉਹ ਇੰਡੀਆ ਦਾ ਘੁੰਮਦਾ ਆਉਂਦਾ ਪਾਕਿਸਤਾਨ ਦੇ ਉੱਤੋਂ ਦੀ ਇਸ ਤਰ੍ਹਾਂ। ਇੱਥੋਂ ਸਿੱਧਾ ਇੰਟਰ ਹੋ ਜਾਂਦੀ ਸੀ 5-7 ਕਿਲੋਮੀਟਰ ਅੱਗੇ ਜਾ ਕੇ ਇੰਡੀਆ ਨੂੰ। ਇਹ ਲਾਸਟ ਸਟੇਸ਼ਨ ਹੈ ਪਾਕਿਸਤਾਨ ਦਾ। ਵੇਖੋ ਜੀ ਹੁਣ ਪੱਟੀ ਧੁੱਪਾਂ 'ਚ ਕਿਵੇਂ ਵਿਚਾਰੀ ਹੋ ਗਈ ਜੀ। ਇਸ ਚੀਜ਼ 'ਤੇ ਅਸੀਂ ਪਹੁੰਚੇ ਹਾਂ, ਇਹ ਵੀ ਤੁਹਾਨੂੰ ਦਿਖਾਉਂਦੇ ਹਾਂ। ਇਹ ਉਹ ਚੀਜ਼ ਹੈ ਜੀ ਇੱਥੇ ਜਦੋਂ ਇੰਜਨ ਦੀ ਡਾਇਰੈਕਸ਼ਨ ਚੇਂਜ ਕਰਨੀ ਹੁੰਦੀ ਸੀ ਇਹਦੇ ਉੱਤੇ ਇੰਜਨ ਨੂੰ ਚੜਾ ਕੇ
ਫਿਰ ਇਹਨੂੰ ਇੱਕ ਜਾਂ ਦੋ ਬੰਦੇ ਘੁਮਾਉਂਦੇ ਸੀ, ਉਹਦਾ ਮੂੰਹ ਜਿਹੜਾ ਫਿਰ ਪਿਛਾ ਨੂੰ ਹੋ ਜਾਂਦਾ ਸੀ। ਇੱਥੋਂ ਚੇਂਜ ਕਰਦੇ ਸੀ ਇੰਜਨ ਦਾ ਮੂੰਹ। ਇਹ ਉਹ ਸਿਸਟਮ ਹੈ ਜੀ, ਬੜਾ ਹੌਲਾ, ਰੈਲਾ ਬੜਾ, ਇਹਨੂੰ ਇੱਕ ਦੋ ਬੰਦੇ ਵੀ ਆਰਾਮ ਦੇ ਨਾਲ ਘੁਮਾ ਸਕਦੇ ਨੇ। ਮੈਂ ਇਹਨੂੰ ਜ਼ਰਾ ਘੁਮਾ ਕੇ ਜ਼ੋਰ ਲਾਉਣਾ ਨਾ ਸ਼ਹਿਰ। ਇਹ ਵੇਖੋ ਜੀ, ਮੈਂ ਇਕੱਲੇ ਨਹੀਂ ਇਹਨੂੰ ਰੇਡ ਦਿੱਤਾ ਜੀ। ਇਹਦੇ ਉੱਤੇ ਇੰਜਨ ਚੜਾ ਕੇ ਉਹਦੀ ਡਾਇਰੈਕਸ਼ਨ ਚੇਂਜ ਹੁੰਦੀ ਸੀ। ਹੁਣ ਹਰ ਚੀਜ਼ ਕਿਵੇਂ ਕਹਿੰਦੇ ਨੇ ਕਿ ਬਰਬਾਦ ਹੋਈ ਪਈ ਹੈ, ਉਹ ਵਾਲਾ ਹਿਸਾਬ ਹੀ ਹੈ। ਕੋਈ ਬੰਦਾ ਬਸ਼ਰ ਕੋਈ ਨਹੀਂ, ਕੋਈ ਕੁਛ ਨਹੀਂ। ਇੰਨਾ ਖਰਚਾ, ਇੰਨਾ ਰੁਪਈਆ ਪੈਸਾ ਲੱਗਿਆ ਜਿਹੜਾ, ਉਹ ਬਰਬਾਦ ਹੋਇਆ ਪਿਆ। ਅੱਗੇ ਬੜਾ VIP ਜਿੱਥੇ ਟ੍ਰੇਨ ਆ ਕੇ ਰੁਕਦੀ ਸੀ, ਸਵਾਰੀਆਂ ਬਹਿੰਦੀਆਂ ਸੀ, ਉਹ ਬੜਾ VIP ਬਣਾਇਆ ਹੋਇਆ ਜੀ ਟਿਕਟ ਘਰ। ਉਹ ਵੀ ਦੋਸਤਾਂ ਨੂੰ ਚੱਲ ਕੇ ਦਿਖਾਉਣੇ ਆ। ਇਹ ਇੱਥੇ ਖੜੀ ਹੋਈ ਜੀ ਨਿੰਮ, ਚੈੱਕ ਕਰੋ, ਬਹੁਤ ਪੁਰਾਣੀ, ਬੜਾ ਵੱਡਾ ਮੁੱਢ ਹੋਇਆ ਖੜਾ। ਜ਼ਾਹਰ ਹੈ ਸਰਕਾਰੀ ਹੈ ਵਿਚਾਰੀ ਖੜੀ, ਪੁਰਾਣਾ ਦੌਰ ਦੀ। ਇਹ ਜੀ ਪਤਾ ਨਹੀਂ ਕਿਉਂ ਲਾਉਂਦੇ ਸੀ, ਮੈਨੂੰ ਲੱਗਦਾ ਹੋ ਸਕਦਾ ਕਿ ਟ੍ਰੇਨ ਨੂੰ ਵੀ ਰੋਕਣ ਰੋਕਣ ਦਾ ਸਿਸਟਮ ਹੀ ਅੱਗੇ ਚੱਕਰ, ਇਹਦੇ ਬਾਰੇ ਨਹੀਂ ਪਤਾ। ਔਰ ਇਹ ਬਣਾਇਆ ਖੜਾ ਵੀ ਪਤਾ ਨਹੀਂ ਕੀ ਹੈ। ਇੱਥੋਂ ਕਰਦੇ ਸੀ ਜੀ ਲਾਈਨ ਚੇਂਜ, ਉਦੋਂ ਟ੍ਰੇਨ ਨੇ ਆਉਣਾ, ਉਦੋਂ ਲੱਗਿਆ ਲਾ ਕੇ ਨਾ। ਟ੍ਰੇਨ ਦੀ ਲਾਈਨ ਚੇਂਜ ਹੁੰਦੀ ਸੀ, ਜਾਮ ਜੂਮ ਹੋਇਆ ਪਿਆ ਜੀ। ਇਹ ਲਿਖਿਆ ਖੜਾ ਮੰਡੀ ਸਾਦਕ ਗੰਜ, ਇਹ ਵਾਲਾ ਸਟੇਸ਼ਨ ਵੇਖ ਸਕਦੇ ਹੋ ਜੀ ਹੁਣ ਦੇ ਹਾਲਾਤ। ਇਹ ਵੇਖੋ ਜੀ, ਇਹ ਵੀ ਲੱਗੇ ਹੋਏ ਨੇ, ਇੱਥੋਂ ਵੀ ਲਾਈਨਾਂ ਚੇਂਜ ਹੁੰਦੀਆਂ ਸੀ ਟ੍ਰੇਨਾਂ ਦੀਆਂ। ਸਿਸਟਮ ਹੈ ਤੂੰ ਤਾਰ ਪੈ ਕੇ, ਉਹ ਥੱਲੇ ਫਿਰਕੀਆਂ ਲੱਗੀਆਂ ਹੋਈਆਂ ਨੇ। ਇਹ ਕੰਮ ਕਰ ਰਹੇ ਨੇ ਜੀ, ਲੱਕੜ ਲੱਗੀ ਜੀ ਬੜੀ ਪਿਆਰੀ। ਵੇਖੋ ਜੀ ਬਹੁਤ ਪੁਰਾਣਾ ਬਣਿਆ ਹੋਇਆ, ਲੇਕਿਨ ਫਿਰ ਵੀ ਲੱਕੜ ਜਿਹੜੀ ਕਿੰਨੀ ਮਜ਼ਬੂਤ, ਕਿੰਨੀ ਪਾਏਦਾਰ ਲੱਕੜ, ਜਿਹੜੀ ਹੁਣ ਤੱਕ ਵੀ ਇੰਜ ਖੜੀ ਫਰੈਸ਼, ਕੋਈ ਰੌਲਾ ਨਹੀਂ, ਕੋਈ ਮਸਲਾ ਨਹੀਂ। ਲੋਹੇ ਨਾਲੋਂ ਵੀ ਮਜ਼ਬੂਤ ਜਿਹੜੀ ਹੈ ਨਾ ਲੱਕੜ ਲੱਗੀ। 1892 'ਚ ਜੀ ਬਣਾਇਆ ਗਿਆ। ਇਹ ਵੇਖੋ ਇਹਦੀ ਤਰੀਕ ਲਿਖੀ ਹੋਈ, ਕੰਸਟਰਕਸ਼ਨ ਜਦੋਂ ਹੋਈ ਸੀ। ਉਹ ਅੱਗੇ ਖੜਾ ਜੀ, ਇੱਥੋਂ ਟ੍ਰੇਨ ਦੇ ਇੰਜਨ ਨੂੰ ਦਿੰਦੇ ਹੁੰਦੇ ਸੀ ਪਾਣੀ, ਤਾਂ ਉਦੋਂ ਇੰਜਨ ਹੁੰਦੇ ਸੀ ਕੋਇਲੇ ਵਾਲੇ, ਉਹਨਾਂ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਸੀ। ਉਹ ਟੈਂਕੀ ਹੈ, ਉਸ ਟੈਂਕੀ 'ਚੋਂ ਟ੍ਰੇਨ ਨੂੰ ਪਾਣੀ ਮਿਲਦਾ ਹੁੰਦਾ ਸੀ। ਇੱਥੋਂ ਸਵਾਰੀਆਂ ਬਿਠਾ ਕੇ ਸਿੱਧੀ ਗਈ ਹੈ ਦਨਵਿੰਡੀਆਂ ਨੂੰ।
ਇੰਡੀਆ ਦਾ ਪਹਿਲਾ ਜਿਹੜਾ ਇੱਥੋਂ ਅੱਗੂ ਸ਼ਹਿਰ ਬਾਰਡਰ ਦੇ ਉੱਤੇ ਸਜਾਵਲ ਨਗਰ। ਅੱਗੋਂ ਚੁਕਾਉਣ ਦਾ ਨਾਂ ਦੇ ਨੇ ਚੱਲਾ ਰਹੇ ਸਾਰਾ।